ਲੁਧਿਆਣਾ ਦੇ ਜੀਐਨਈ ਕਾਲਜ ਚ ਬੀਟੈਕ ਦੇ ਵਿਦਿਆਰਥੀਆਂ ਨੇ ਮੋਮਬੱਤੀ ਨਾਲ ਮੋਬਾਈਲ ਚਾਰਜ ਕਰਨ ਦੀ ਨਵੀਂ ਤਕਨੀਕ ਤਿਆਰ ਕੀਤੀ ਹੈ, ਜਿਸ ਵਿੱਚ ਹੁਣ ਘਰ ਚ ਲਾਈਟ ਨਾ ਹੋਣ ਤੇ ਵੀ ਮੋਬਾਈਲ ਚਾਰਜ ਕੀਤਾ ਜਾ ਸਕੇਗਾ ਅਤੇ ਇਸ ਮੋਬਾਈਲ ਨੂੰ ਚਾਰਜ ਕਰਨ ਲਈ ਜ਼ਿਆਦਾ ਪੈਸਿਆਂ ਦੀ ਵੀ ਲੋੜ ਨਹੀਂ ਪਏਗੀ। ਸਿਰਫ ਤੁਹਾਡੇ ਕੋਲ ਕੰਪਿਊਟਰ ਦਾ ਵੇਸਟ ਸਮਾਨ ਅਤੇ ਮੋਮਬੱਤੀ ਹੋਣੀ ਚਾਹੀਦੀ ਹੈ। ਇਹ ਪ੍ਰੋਜੈਕਟ ਬਣਾਉਣ ਵਾਲੇ ਅਮਨਦੀਪ ਸਿੰਘ ਅਤੇ ਗਗਨਦੀਪ ਸਿੰਘ ਨੇ ਕਿਹਾ ਕਿ ਕਾਫੀ ਸਖਤ ਮਿਹਨਤ ਤੋਂ ਬਾਅਦ ਉਹਨਾਂ ਨੇ ਇਸ ਪ੍ਰੋਜੈਕਟ ਨੂੰ ਬਣਾਇਆ ਹੈ। ਉਹਨਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਜ਼ਰੀਏ ਮੋਮਬੱਤੀ ਦੀ ਤਪਿਸ਼ ਤੋਂ ਆਪਣਾ ਮੋਬਾਈਲ ਚਾਰਜ ਕਰ ਸਕਣਗੇ। ਉਹਨਾਂ ਕਿਹਾ ਕਿ ਕੰਪਿਊਟਰ ਦੇ ਪੁਰਾਣੇ ਸਮਾਨ ਦੀ ਮਦਦ ਨਾਲ ਉਹਨਾਂ ਨੇ ਇਹ ਤਕਨੀਕ ਬਣਾਈ ਹੈ। ਉਹਨਾਂ ਕਿਹਾ ਕਿ ਅੱਗੇ ਵੀ ਇਸ ਮੁਹਿੰਮ ਨੂੰ ਅੱਗੇ ਲਿਜਾਉਂਦਿਆਂ ਹਾਈ ਵੋਲਟੇਜ ਵਾਲਾ ਕੋਈ ਪ੍ਰੋਜੈਕਟ ਉਹ ਤਿਆਰ ਕਰਨਗੇ। ਮੇਰਾ ਨਾਮ ਹੈ ਅਮਨਦੀਪ ਸਿੰਘ। ਅਮਨਦੀਪ ਜੀ, ਕੀ ਦਿਮਾਗ 'ਚ ਆਇਆ ਕਿ ਜਿਹੜਾ ਇਹ ਪ੍ਰੋਜੈਕਟ ਵੀ ਤਿਆਰ ਕੀਤਾ ਹੈ ਅਤੇ ਕੀ ਸੋਚ ਸੀ ਇਹਦੇ ਵਿੱਚ? ਸਰ, ਮੈਂ ਗੂਗਲ 'ਤੇ ਸਰਚ ਕਰ ਰਿਹਾ ਸਰ, ਗੂਗਲ 'ਤੇ ਨੈੱਟ ਚਲਾ ਰਿਹਾ ਸੀਗਾ ਅਤੇ ਉੱਥੋਂ ਸਰ ਇੱਕ ਰਿਸਰਚ ਪੇਪਰ ਸਾਹਮਣੇ ਆਇਆ ਸਰ, ਅਤੇ ਮੈਂ ਉਹਨੂੰ ਬੜਾ ਸਟੱਡੀ ਕਰਨ ਲੱਗ ਗਿਆ। ਮੈਂ ਜਦੋਂ ਸਟੱਡੀ ਕੀਤਾ ਅਤੇ ਫਿਰ ਉਹਦੇ ਨਾਲ ਦੀ ਇੱਕ ਦੋ ਹੋਰ ਰਿਸਰਚ ਪੇਪਰ ਸਟੱਡੀ ਕੀਤੇ ਅਤੇ ਸਰ ਫਿਰ ਉਹਦੇ ਵਿੱਚੋਂ ਕੁਝ ਕੀ ਪੁਆਇੰਟ ਲੈ ਕੇ ਸਰ ਅਤੇ ਅਸੀਂ ਮੈਂ ਇਹਦੇ ਬਾਰੇ ਸੋਚਿਆ ਵੀ ਹਾਂ ਅਸੀਂ ਇਹ ਕੈਂਡਲ ਲਾਈਟ ਨਾਲ ਵੀ ਫੋਨ ਚਾਰਜ ਕਰ ਸਕਦੇ ਹਾਂ। ਸਰ ਹਾਂਜੀ ਸਰ, ਅਸੀਂ ਐਗਜੀਬਿਸ਼ਨ ਹੁਣ ਸਰ ਸਾਡੇ ਕਾਲਜ ਵਿੱਚ ਐਗਜੀਬਿਸ਼ਨ ਲੱਗੀ ਸਰ, ਉੱਥੇ ਅਸੀਂ ਪੇਸ਼ ਕੀਤਾ ਇਹ ਸਰ, ਸਾਨੂੰ ਫਸਟ ਇਨਾਮ ਮਿਲਿਆ ਸਰ ਉਹਦੇ ਵਿੱਚ। ਸਰ ਜਿੱਥੇ ਅਸੀਂ ਮਾੜਾ ਜਿਵੇਂ ਸਾਨੂੰ ਨਹੀਂ ਕੋਈ ਚੀਜ਼ ਪਤਾ ਲੱਗਦੀ ਸਰ, ਅਸੀਂ ਤਾਂ ਟੀਚਰਸ ਤੋਂ ਆਪਣੇ ਪੁੱਛ ਲੈਂਦੇ ਹਾਂ ਉਹਨਾਂ ਨੂੰ ਸਰ ਇਹਨੂੰ ਕਿਵੇਂ ਟੈਕਲ ਕੀਤਾ ਜਾ ਸਕਦਾ। ਯੈਸ ਸਰ, ਜਿੱਥੇ ਆਪਾਂ ਨੂੰ ਮੰਨ ਲਓ ਬਿਜਲੀ ਨਹੀਂ ਹੁੰਦੀ ਜਾਂ ਮੰਨ ਲਓ ਕਿਤੇ ਆਪਾਂ ਬਾਹਰ ਜਾ ਰਹੇ ਹਾਂ ਜਾਂ ਮੰਨ ਲਓ ਕਿਤੇ ਆਪਾਂ ਕਿਸੇ ਰਾਜ ਵਿੱਚ ਸਫ਼ਰ ਕਰ ਰਹੇ ਹਾਂ ਸਰ, ਤਾਂ ਉਦੋਂ ਆਪਣੇ ਕੋਲ ਬਿਜਲੀ ਦਾ ਪੋਰਟ ਨਹੀਂ ਹੁੰਦਾ ਅਤੇ ਜੇ ਆਪਣਾ ਫੋਨ ਡੈੱਡ ਹੋ ਜਾਵੇ ਤਾਂ ਆਪਾਂ ਇਹ ਚੀਜ਼ ਯੂਜ਼ ਕਰਕੇ ਨੂੰ ਫੋਨ ਚਾਰਜ ਕਰ ਸਕਦੇ ਹਾਂ। ਆਪਾਂ ਸਾਰਾ ਵੇਸਟੇਜ ਮਟੀਰੀਅਲ ਆ ਸਰ, ਸਾਰਾ ਵੇਸਟੇਜ ਮਟੀਰੀਅਲ ਇਹਦੇ ਵਿੱਚ ਪੈਨ ਸਟੈਂਡ ਆਏ ਵੀ ਵੇਸਟੇਜ ਤੋਂ ਆਇਆ, ਹੀਟ ਸਿੰਗ ਸੀ ਕੰਪਿਊਟਰ ਪੁਰਾਣੇ ਕੰਪਿਊਟਰ ਤੋਂ ਲੈ ਲਏ ਸੀਗੇ, ਅਤੇ ਸਰ ਪੈਲਟੀਅਰ ਸੀਗਾ, ਪੈਲਟੀਅਰ ਅਸੀਂ ਔਨਲਾਈਨ ਮੰਗਾ ਲਏ ਸੀਗੇ, ਸਸਤੇ ਹੁੰਦੇ ਨੇ, ਅਤੇ ਬਾਅਦ 'ਚੋਂ ਡਾਟਾ ਕੇਬਲ ਲਾ ਕੇ ਅਸੀਂ ਮੋਬਾਈਲ ਚਾਰਜ ਕਰ ਲਿਆ। ਸਰ ਇਹ ਚੀਜ਼ ਬਣਾਉਣ ਨੂੰ ਸਾਨੂੰ ਸਰ 20 ਦਿਨ ਲੱਗੇ ਸੋਚਣ ਨੂੰ, ਰਿਸਰਚ ਪੇਪਰ ਫਾਈਂਡ ਕਰਨ ਨੂੰ, ਉਹਨਾਂ ਨੂੰ ਪੜ੍ਹਨ ਨੂੰ, ਅਤੇ ਫਿਰ ਇੱਕ ਡਿਸੀਜ਼ਨ ਲੈਣ ਨੂੰ 20 ਦਿਨ ਲੱਗੇ, ਪਰ ਅਸੀਂ ਇੰਪਲੀਮੈਂਟ 3-4 ਘੰਟੇ ਵਿੱਚ ਬਣਾ ਲਿਆ ਸੀਗਾ। ਹੁਣ ਐਗਜੀਬਿਸ਼ਨ ਲੱਗੀ ਹੈ ਤਾਂ ਐਗਜੀਬਿਸ਼ਨ ਰਾਤੋਂ ਰਾਤ ਅਸੀਂ ਬਣਾ ਲਿਆ ਸੀਗਾ ਸਰ। ਇਹ ਮਟੀਰੀਅਲ ਸਰ ਸਾਰਾ ਵੇਸਟੇਜ ਹੀ ਹੈ ਵੈਸੇ ਤਾਂ, ਜਿਵੇਂ ਹਾਈਟ ਸਿੰਗ ਅਤੇ ਅਲਮੀਨੀਅਮ ਦੇ ਨੇ, ਪੈਨ ਸਟੈਂਡ ਆ ਜਿਹੜਾ ਆਪਣੇ ਘਰਾਂ ਵਿੱਚ ਪੈਨ ਸਟੈਂਡ ਹੁੰਦਾ, ਟੇਬਲ ਸਟੱਡੀ ਟੇਬਲ 'ਤੇ ਪਿਆ ਹੁੰਦਾ ਵਾ, ਅਤੇ ਸਰ ਬਾਕੀ ਡਾਟਾ ਕੇਬਲ ਘਰ ਹੁੰਦੀਆਂ ਨੇ ਸਰ, ਉੱਥੋਂ ਹੋਇਆ ਸਰ। ਵਿੱਚ ਪੈਲਟੀਅਰ ਲੱਗੇ ਨੇ ਸਰ, ਉਹ ਔਨਲਾਈਨ ਮੰਗਾ ਲਏ ਸੀਗੇ, ਉਹਨਾਂ ਨੂੰ ਜੇ ਆਪਾਂ ਹੀਟ ਦਿੰਦੇ ਹਾਂ ਤਾਂ ਵੋਲਟੇਜ ਜਨਰੇਟ ਕਰਦੇ ਨੇ। ਹਾਂਜੀ ਸਰ, ਹਾਂਜੀ ਸਰ, ਇੱਥੇ ਫਲਕਚੁਏਸ਼ਨ ਹੋ ਰਹੀ ਆ ਵੋਲਟੇਜ ਦੀ, ਪਰ ਉੱਥੇ ਉਹ ਜਿਹੜਾ ਬੱਕ ਕਨਵਰਟਰ ਲੱਗਿਆ ਸੈਂਸਰ, ਉਹਨੇ 5 ਵੋਲਟ ਹੀ ਦੇਣੀ ਆ, ਇੱਧਰੋਂ 1.5 ਆ ਰਹੀ ਹੈ 1 ਆ ਰਹੀ ਹੈ, ਕੋਈ ਫਰਕ ਨਹੀਂ, ਉਹਨੇ ਉਹਨੂੰ ਸਟੇਬਲ ਕਰ ਦੇਣਾ, 5 ਵੋਲਟ 'ਚ ਕਨਵਰਟ ਕਰ ਦੇਣਾ। ਮੋਬਾਈਲ ਦੀ ਬੈਟਰੀ ਨੂੰ ਨੁਕਸਾਨ? ਨਹੀਂ ਸਰ, ਨਹੀਂ ਨੁਕਸਾਨ ਹੋਊਗਾ, ਕਿਉਂਕਿ ਉਹ ਨੁਕਸਾਨ ਕਰਦੇ ਫਾਸਟ ਚਾਰਜਰ, ਇਹ ਇੰਨਾ ਫਾਸਟ ਚਾਰਜਰ ਨਹੀਂ ਹੈਗਾ, ਇਹ ਜਨਰਲ ਆ ਯੂਨੀਵਰਸਲ। ਬਿਊਰੋ ਰਿਪੋਰਟ, ਲੁਧਿਆਣਾ ਵਿਊ।